ਹੈਲੋ एवरीवन ਅੱਜ ਜੋ ਕੁਐਸਚਨ ਪੇਪਰ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ ਉਹ ਹੈ ਜੀ ਬੀਐਡ 4th ਸੈਮੈਸਟਰ ਦਾ ਰੀਡਿੰਗ ਐਂਡ ਰਿਫਲੈਕਟਿੰਗ ਔਨ ਟੈਕਸਟ ਦਾ ਇਹ ਕੁਐਸਚਨ ਪੇਪਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਕੁਐਸਚਨ ਪੇਪਰ ਹੈ ਪੇਪਰ ਹੈ ਜੀ F4.5 ਰੀਡਿੰਗ ਐਂਡ ਰਿਫਲੈਕਟਿੰਗ ਔਨ ਟੈਕਸਟ B.Ed 4th सेमेस्टर ਜਰਨਲ ਦਾ ਕੁਐਸਚਨ ਪੇਪਰ ਹੈ 2022 ਦਾ ਕੁਐਸਚਨ ਪੇਪਰ ਹੈ ਜੋ ਲਾਸਟ ਟਾਈਮ ਦੇ ਵਿੱਚ ਐਗਜ਼ਾਮ ਹੋਏ ਸੀਗੇ 2022 ਦੇ ਵਿੱਚ ਉਹ ਵਾਲਾ ਕੁਐਸਚਨ ਪੇਪਰ ਹੈ ਸੋ ਜ਼ਰੂਰ ਹੈਲਪਫੁਲ ਰਹੇਗੀ ਤੁਹਾਡੇ ਲਈ ਵੀਡੀਓ ਜਿਹੜੇ ਵੀ ਸਟੂਡੈਂਟ B.Ed 4th सेमेस्टर ਦੇ ਵਿੱਚ ਹੈ ਕਿਉਂਕਿ ਇਹਦੇ ਵਿੱਚ ਤੁਹਾਨੂੰ ਕੰਪਲੀਟ ਕੁਐਸਚਨ ਪੇਪਰ ਤੇ ਵੀਡੀਓ ਮਿਲੇਗੀ ਤانوں ਹਰ ਇੱਕ ਕੁਐਸਚਨ ਪੇਪਰ ਮਿਲ ਜਾਵੇਗਾ ਬੀਆਰ ਦੇ 4 ਸੈਮੈਸਟਰ ਦਾ ਫਰਸਟ ਦਾ 3ਰਡ ਦਾ ਸੋ ਜਿਹੜੇ ਵੀ ਤੁਹਾਡੇ ਯੂਨੀਅਰ ਸਟੂਡੈਂਟਸ ਹੁੰਦੇ ਨੇ ਬੀਆਰ ਦੇ ਉਹਨਾਂ ਨਾਲ ਵੀਡੀਓਜ਼ ਨੂੰ ਸ਼ੇਅਰ ਕਰ ਦਿਆ ਕਰੋ ਇਸ YouTube ਚੈਨਲ ਨੂੰ ਤਾਂ ਜੋ ਉਹਨਾਂ ਤੱਕ ਵੀ ਕੁਐਸਚਨ ਪੇਪਰ ਤੇ ਵੀਡੀਓਜ਼ ਪਹੁੰਚ ਸਕਣ ਤੇ ਇਸ YouTube ਚੈਨਲ ਤੇ ਤੁਹਾਨੂੰ ਬੀਅਰ ਦੇ ਨਾਲ ਸੰਬੰਧਿਤ ਹਰ ਇੱਕ ਵੀਡੀਓ ਪ੍ਰੋਵਾਈਡ ਕਰਵਾਈ ਜਾਂਦੀ ਹੈ ਭਾਵੇਂ ਉਹ ਫਾਈਲਸ ਦੇ ਨਾਲ ਸੰਬੰਧਿਤ ਹੋਵੇ ਸਿਲੇਬਸ ਦੇ ਨਾਲ ਸੰਬੰਧਿਤ ਹੋਵੇ ਹਰ ਇੱਕ ਵੀਡੀਓ ਨੋਟਸ ਦੇ ਨਾਲ ਸੰਬੰਧਿਤ ਵੀਡੀਓ ਹੋਵੇ ਸਾਰੀਆਂ ਵੀਡੀਓਜ਼ ਤੁਹਾਨੂੰ ਇਸ YouTube ਚੈਨਲ ਤੇ ਮਿਲ ਜਾਂਦੀਆਂ ਨੇ ਸੋ ਵੱਧ ਤੋਂ ਵੱਧ YouTube ਚੈਨਲ ਨੂੰ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਵੀਡੀਓ ਵਧੀਆ ਲੱਗਦੀ ਹੁੰਦੀ ਤਾਂ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰਿਆ ਕਰੋ ਇੱਕ ਵਾਸਟਮ ਪੇਪਰ ਤੁਹਾਨੂੰ ਇੰਗਲਿਸ਼ ਤੇ ਵਿੱਚ ਹਿੰਦੀ ਦੇ ਵਿੱਚ ਪੰਜਾਬੀ ਦੇ ਵਿੱਚ ਮਿਲ ਜਾਵੇਗਾ ਸੋ ਜੇਕਰ ਗੱਲ ਕਰੀਏ ਤੁਹਾਡੇ ਕੁਐਸਚਨ ਪੇਪਰ ਦੀ ਦਾ 40 ਮਾਰਕਸ ਦਾ ਤੁਹਾਡਾ ਪੇਪਰ ਹੁੰਦਾ ਹੈ ਤੇ 3 ਘੰਟਿਆਂ ਦਾ ਟਾਈਮ ਹੁੰਦਾ ਤੁਹਾਡੇ ਕੋਲੇ ਇਸ ਐਗਜ਼ਾਮ ਨੂੰ ਕੰਪਲੀਟ ਕਰਨ ਦੇ ਲਈ ਇਹ ਕੁਐਸਚਨ ਪੇਪਰ ਤੁਹਾਨੂੰ ਇੰਗਲਿਸ਼ ਪੰਜਾਬੀ ਹਿੰਦੀ ਸਭ ਲੈਂਗੁਏਜ ਦੇ ਵਿੱਚ ਮਿਲ ਜਾਂਦਾ ਹੈ ਸਕਰੀਨ ਤੇ ਨੋਟ ਲਿਖਿਆ ਜਿਨ੍ਹਾਂ ਨੇ ਅਟੈਂਪਟ 1 ਕੁਐਸਚਨ ਫਰੋਮ ਈਚ ਆਫ ਦਾ ਯੂਨਿਟ 1 ਟੂ 4 ਈਚ ਕੁਐਸਚਨ ਗੈਰਿੰਗ 8 ਮਾਰਕਸ ਯੂਨਿਟ 5th ਵਿਲ ਬੀ ਕੰਪਲਸਰੀ ਵਿਦ 4 ਸ਼ਾਟ answers each question till will be of 2 marks so short question there 2 2 marks the long question 8 marks the oh one to like fourth unit de vich hai te jin de vich 2 2 question puche jande hai te kisi ek question da answer dena tusi te last wala unit fifth hai tade short question hai te in de vich 2 2 marks da tuhanu answer hunda hai te a unit one te second danu show kar reya screen te ਇਹਦੇ ਵਿੱਚ 2 2 ਕੁਐਸਚਨ ਹੈ ਤੇ ਕਿਸੇ ਇੱਕ ਕੁਐਸਚਨ ਦਾ ਤੁਸੀਂ ਅਨਸਰ ਲਿਖਣਾ ਹੁੰਦਾ ਤੇ 8 ਮਾਰਕਸ ਦਾ ਤੁਹਾਡਾ ਅਨਸਰ ਹੁੰਦਾ ਹੈ ਇਹ ਸੀਗਾ ਜੀ ਯੂਨਿਟ 1 ਤੇ ਯੂਨਿਟ 2 ਦੋ ਦੋ ਕੁਐਸਚਨ ਹੈ ਕਿਸੇ ਇੱਕ ਦਾ ਤੁਸੀਂ ਅਨਸਰ ਦੇਣਾ ਹੁੰਦਾ ਹੈ ਨੈਕਸਟ ਯੂਨਿਟ 3 ਤੁਹਾਨੂੰ ਸਕਰੀਨ ਤੇ ਸ਼ੋਅ ਕਰ ਰਿਹਾ ਦੋ ਕੁਐਸਚਨ ਪੁੱਛੇ ਜਾਂਦੇ ਆ ਤੇ ਕਿਸੇ ਇੱਕ ਵਸਨ ਦਾ ਤੁਸੀਂ ਅਨਸਰ ਦੇਣਾ ਹੈ ਸੋ ਨੈਕਸਟ ਆਪਾਂ ਗੱਲ ਕਰਦੇ ਆ ਯੂਨਿਟ 4th ਤੇ 5th ਤੁਹਾਨੂੰ ਸਕਰੀਨ ਤੇ ਸ਼ੋ ਕਰ ਰਿਹਾ ਹੈ। ਯੂਨਿਟ 4th ਦੇ ਵਿੱਚ ਵੀ 2 ਕੁਐਸਚਨ ਆ ਹੈ ਤੇ ਕਿਸੇ ਇੱਕ ਕੁਐਸਚਨ ਦਾ ਤੁਸੀਂ ਅਨਸਰ ਦੇਣਾ ਤੇ ਯੂਨਿਟ 5th ਦਾ ਅਨ ਸ਼ੋ ਕਰ ਰਿਹਾ ਹੈ ਸ਼ਾਰਟ ਕੁਐਸਚਨ ਹੈ 4 ਦੇ 4 ਹੀ ਕਰਨੇ ਜ਼ਰੂਰੀ ਹੈ ਕਈ ਵਾਰ ਤੁਹਾਨੂੰ ਆਪਸ਼ਨ ਦੇ ਦਿੱਤੀ ਜਾਂਦੀ ਹੈ ਬਟ ਜਿੰਦੇ ਵਿੱਚ ਆਪਸ਼ਨ ਨਹੀਂ ਆ 4 ਦੇ 4 ਹੀ ਕਰਨੇ ਜ਼ਰੂਰੀ ਹੈ ਤੇ 8 ਮਾਰਕਸ ਤੁਸੀਂ ਕੁਐਸਚਨ ਨੰਬਰ 9th ਦੇ ਵਿੱਚੋਂ ਯੂਨਿਟ 5th ਦੇ ਵਿੱਚੋਂ ਵੀ ਅਗੇਨ ਕਰ ਸਕਦੇ ਹੋ। ਸੋ ਇਸ YouTube ਚੈਨਲ ਤੇ ਤੁਹਾਨੂੰ B.Ed ਦੇ ਨਾਲ ਸੰਬੰਧਿਤ ਹਰ ਇੱਕ ਕੁਐਸਚਨ ਪੇਪਰ ਪ੍ਰੋਵਾਈਡ ਕਰਵਾਇਆ ਜਾਂਦਾ ਹੈ ਤੇ B.Ed ਦੇ ਨਾਲ ਸੰਬੰਧਿਤ ਵੀ ਕੁਐਸਚਨ ਪੇਪਰ ਪੁਰਾਣੇ ਇਅਰ ਦੇ ਸਭ ਇੱਥੇ ਤੁਹਾਨੂੰ ਮਿਲ ਜਾਂਦੇ ਨੇ ਸੋ ਤੁਹਾਡੇ ਜਿਹੜੇ ਵੀ ਯੂਨੀਅਨ ਸਟੂਡੈਂਟਸ ਹੁੰਦੇ ਨੇ ਜੋ B.Ed ਦੇ ਵਿੱਚ ਐਡਮਿਸ਼ਨ ਲੈ ਰਹੇ ਨੇ ਤਾਂ ਉਹਨਾਂ ਦੇ ਨਾਲ ਇਸ YouTube ਚੈਨਲ ਨੂੰ ਜ਼ਰੂਰ ਸ਼ੇਅਰ ਕਰ ਦਿਆ ਕਰੋ ਤਾਂ ਜੋ ਉਹਨਾਂ ਤੱਕ ਵੀ ਵੀਡੀਓਜ਼ ਪਹੁੰਚ ਸਕਣ ਸੋ ਮੈਂ ਅੱਗੇ ਕੋਸ਼ਿਸ਼ ਕਰਾਂਗੀ ਕਿ ਟੈਟਨਸ ਸੰਬੰਧਿਤ ਵੀਡੀਓਜ਼ ਨੂੰ ਜਲਦ ਤੋਂ ਜਲਦ ਆਪ ਅਪਲੋਡ ਕਰਾਂ ਜੋ ਟੈਟ ਦਾ ਐਗਜ਼ਾਮ ਹੁੰਦਾ ਹੈ ਕਦੋਂ ਹੋਵੇਗਾ ਸਿਲੇਬਸ ਹੁੰਦਾ ਕਿ ਇਹ ਹੈ ਤਾਂ ਉਹਦੇ ਨਾਲ ਸੰਬੰਧਿਤ ਮੈਂ ਇਨਫੋਰਮੇਸ਼ਨ ਨੂੰ ਤੁਹਾਡਾ ਨਾਲ ਸ਼ੇਅਰ ਕਰਾਂ ਸੋ ਮੈਂ ਕੋਸ਼ਿਸ਼ ਕਰ ਰਹੀਆਂ ਕਿ ਜਲਦੋਂ ਜਲਦ ਵੀਡੀਓ ਨੂੰ ਪ੍ਰੋਵਾਈਡ ਕਰਵਾਵਾਂ ਤੇ ਜਰੂਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਮੇਰੀਆਂ ਆਉਣ ਵਾਲੀਆਂ ਵੀਡੀਓਜ਼ ਮਿਲ ਸਕਣ ਕਿ ਗੈਸ ਤੋਂ ਬਾਅਦ ਤੁਹਾਡੀ ਵੀ ਐਡ ਕੰਪਲੀਟ ਹੋ ਜਾਣੀ ਹੈ ਤੇ ਤੁਸੀਂ ਉਸ ਤੋਂ ਬਾਅਦ ਟੈਟ ਦੀ ਤਿਆਰੀ ਕਰਨੀ ਹੋਗੀ ਪੀ ਟੈਟ ਸੀ ਟੈਟ ਸੋਨ ਦੀ ਇਨਫੋਰਮੇਸ਼ਨ ਤੇ ਉਹਦੇ ਨਾਲ ਸੰਬੰਧ ਸਿਲੇਬਸ ਤੇ ਉਹਦੀ ਤਿਆਰੀ ਨਾਲ ਸੰਬੰਧਤ ਵੀਡੀਓਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਸੋ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਹਿੰਦੀ ਮੀਡੀਅਮ ਦੇ ਵਿੱਚ ਹਿੰਦੀ ਮੀਡੀਅਮ ਦੇ ਵਿੱਚ ਤੁਹਾਨੂੰ ਸ਼ੋ ਕਰ ਰਿਹਾ ਜੀ ਯੂਨਿਟ 1 ਸਕਰੀਨ ਸ਼ੋ ਨਾਲ ਦੀ ਨਾਲ ਲੈਂਦੇ ਜਾ ਤੇ ਨੋਟ ਕਰਨਾ ਨੋਟ ਵੀ ਕਰ ਸਕਦੇ ਹੋ ਯੂਨਿਟ ਸੈਕੰਡ ਵੀ ਤੁਹਾਨੂੰ ਨਾਲ ਹੀ ਸ਼ੋ ਕਰ ਰਿਹਾ ਯੂਨਿਟ 1 ਦੇ ਨੈਕਸਟ ਮੈਂ ਤੁਹਾਨੂੰ ਸ਼ੋ ਕਰਵਾ ਰਹੀ ਹਾਂ ਜੀ ਯੂਨਿਟ 3 ਤੇ ਯੂਨਿਟ 4 ਯੂਨਿਟ 3 ਤੇ 4 ਤੁਹਾਨੂੰ ਸਕਰੀਨ ਤੇ ਸ਼ੋ ਕਰ ਰਿਹਾ ਸੋ ਟੂ ਟੂ ਕੁਐਸਚਨ ਹੈ ਕਿਸੇ ਇੱਕ ਦਾ ਅਨਸਰ ਦੇਣਾ 8 ਮਾਰਕਸ ਦਾ ਹੈ ਨੈਕਸਟ ਆ ਜਾਂਦੀ ਤੁਹਾਡੇ ਯੂਨਿਟ 5th ਇਹਦੇ ਵਿੱਚ ਤੁਹਾਡੇ ਸ਼ਾਰਟ ਕੁਐਸਚਨ ਹੈ 4 ਕੁਐਸਚਨ ਹੈ 2 2 ਮਾਰਕਸ ਦੇ ਆ ਤੇ 8 ਮਾਰਕਸ ਤੋਂ ਸੀਗੇ ਕਰ ਸਕਦੇ ਹੋ ਨੈਕਸਟ ਆ ਗਿਆ ਜੀ ਪੰਜਾਬੀ మీడియం ਦੇ ਵਿੱਚ ਸ਼ੋ ਕਰ ਰਿਹਾ ਜੀ ਯੂਨਿਟ 1 ਇਹਦੇ ਵਿੱਚ ਵੀ 2 ਕੁਐਸਚਨ ਹੈ ਤਾਂ ਕਿਸੇ ਇੱਕ ਕੁਐਸਚਨ ਦਾ ਤੁਸੀਂ ਅਨਸਰ ਲਿਖਣਾ ਹੁੰਦਾ ਹੈ ਨੋਟ ਇਨਾਂ ਨੇ ਲਿਖਿਆ ਹੈ ਜੀ ਯੂਨਿਟ 1 ਤੋਂ 4th ਹਰੇਕ ਵਿੱਚੋਂ ਇੱਕ ਪ੍ਰਸ਼ਨ ਕਰੋ ਹਰੇਕ ਪ੍ਰਸ਼ਨ ਦੇ 8 ਅੰਕ ਹਨ ਯੂਨਿਟ 5th ਚਾਰ ਸੰਖੇਪ ਉਤਰਾਂ ਦੇ ਨਾਲ ਲਾਜ਼ਮੀ ਹੋਵੇਗਾ ਹਰ ਪ੍ਰਸ਼ਨ ਦੋ ਅੰਕਾਂ ਦਾ ਹੋਵੇਗਾ ਸੋ ਸਕਰੀਨ ਸ਼ੂਟ ਤੁਸੀਂ ਲੈ ਚੁੱਕੇ ਹੋਵੋਗੇ ਨੈਕਸਟ ਚੱਲਦੇ ਆ ਜੀ ਯੂਨਿਟ 2nd ਤੇ ਯੂਨਿਟ 3rd ਤੁਹਾਨੂੰ ਸਕਰੀਨ ਤੇ ਸ਼ੋ ਕਰ ਰਿਹਾ ਹੈ ਯੂਨਿਟ 2nd ਤੇ ਯੂਨਿਟ 3rd ਸੋ ਟੂ ਟੂ ਕੁਐਸਚਨ ਹੈ ਕਿ ਸੇਕ ਕੁਐਸਚਨ ਦਾ ਤੁਸੀਂ ਅਨਸਰ ਦੇਣਾ ਸੋ ਨੈਕਸਟ ਯੂਨਿਟ 4th ਤੇ ਯੂਨਿਟ 5th ਤੁਹਾਨੂੰ ਸ਼ੋ ਕਰ ਰਿਹਾ ਸਕਰੀਨ ਤੇ ਸੋ ਆ ਯੂਨਿਟ 3rd ਸੀਗਾ ਜੀ हाँ जी मी भी हो चुका है हाँ जी मैं दोबारा तुम तो दिखा रही यूनिट वन है यूनिट सैकेंड है इन ही यूनिट थर्ड है नैक्सट यूनिट फोर्थ के यूनिट फिफ्थ शो कर लिया स्क्रीन पर सो येगा जी था तो कंप्लीट क्वेश्चन पेपर सो so नैक्सट जो आप पेपर की गल करे वो करा जी आप ਸਕੂਲ ਲਾਇਬ੍ਰੇਰੀ ਐਂਡ ਇਨਫੋਰਮੇਸ਼ਨ ਸਰਵਿਸ ਪਰ ਇਸ ਕੁਆਸਿਨ ਬਾਰੇ ਗੱਲ ਕਰਾਂਗੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਸੋ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਮੇਰੀਆਂ ਆਉਣ ਵਾਲੀਆਂ ਵੀਡੀਓਸ ਤੁਹਾਨੂੰ ਮਿਲ ਸਕਣ ਤੇ ਅੱਜ ਦੀ ਜੋ ਜਿਹੜੀ ਵੀਡੀਓ ਸੀ ਜੇਕਰ ਤੁਹਾਨੂੰ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਜਰੂਰ ਕਰੋ ਸ਼ੇਅਰ ਜਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਸੋ ਲਾਈਕ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਕਿਉਂਕਿ ਮੋਟੀਵੇਸ਼ਨ ਮਿਲਦਾ ਜੀ ਫਿਰ ਹੋਰ ਵੀਡੀਓਸ ਤੁਹਾਡੇ ਲਈ ਮੈਂ ਅਪਲੋਡ ਕਰ ਸਕਾਂ ਸੋ ਥੈਂਕਸ ਫॉर ਵਾਚਿੰਗ